ਰਵਾਲ ਨੂੰ ਸਿੱਧਾ ਜਾਂਦਾ ਹੈ ਅੱਗੇ ਬਚਨ ਕਰਦੇ ਹਨ ਲੋਗਾ ਪਰਮ ਨਾ ਪੂਲੋ ਭਾਈ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਸਭ ਥਾਈ ਰਹਾਓ ਫਿਰ ਅੱਗੇ ਬਚਨ ਕੀਤਾ ਕਹਿਣ ਲੱਗੇ ਐ ਦੁਨੀਆ ਦੇ ਲੋਗੋ ਪਰਮੇਸ਼ਰ ਦੇ ਪਰਥਾਏ ਕਿਸੇ ਧਰਮ ਵਿੱਚ ਨਾ ਰਹਿ ਜਾਣਾ ਕਰਤਾ ਪੁਰਖ ਵਾਹਿਗੁਰੂ ਜੀ ਨੇ ਏਸ ਖਲਕਤ ਨੂੰ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਤੇ ਮਤ ਕੋਈ ਭੁਲੇਖਾ ਹੋਵੇ ਕਿ ਉਹ ਪੈਦਾ ਕਰਨ ਵਾਲਾ ਕਿਤੇ ਲਾਂਬੇ ਬੈਠਾ ਬਿਲਕੁਲ ਨਹੀਂ ਕਹਿ ਦਿੱਤਾ ਖਾਲਕ ਖਲਕ ਖਲਕ ਮੈਂ ਖਾਲਕ ਇੱਕ ਦੂਜੇ ਦੇ ਨਾਲ ਓਤਪੋਤ ਹਨ ਜਿਵੇਂ ਅਸੀਂ ਬਚਨ ਆਸਾ ਕੀ ਵਾਰ ਵਿੱਚ ਪੜਦੇ ਹਾਂ ਇਸ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਉਹ ਨਿਰੰਕਾਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਇਸ ਸ੍ਰਿਸ਼ਟੀ ਤੋਂ ਲਾਂਭੇ ਹੋ ਕੇ ਨਹੀਂ ਬੈਠੇ ਉਹ ਇਹਦੇ ਵਿੱਚ ਕਣ-ਕਣ ਵਿੱਚ ਰਮਿਆ ਹੋਇਆ ਪ੍ਰਭੂ ਕਰਤਾ ਪੁਰਖ ਵਾਹਿਗੁਰੂ ਹਾਂ ਇਹ ਗੱਲ ਵੱਖਰੀ ਹੈ ਕਿ ਖਾਲਕ ਖਲਕਤ ਦੇ ਵਿੱਚੋਂ ਵਸਦਾ ਹੋਇਆ ਉਹਨਾਂ ਨੂੰ ਦਿਸਦਾ ਜਿਨ੍ਹਾਂ ਨੂੰ ਵੇਖਣ ਦੀ ਜਾਚ ਹੈ ਜਿਨ੍ਹਾਂ ਨੂੰ ਵੇਖਣ ਦੀ ਜਾਚ ਆ ਗਈ ਉਹਨਾਂ ਲਈ ਪਰਮੇਸ਼ਰ ਕਰਤਾ ਪੁਰਖ ਵਾਹਿਗੁਰੂ ਆਪਣੇ ਹੱਥਾਂ ਤੋਂ ਵੀ ਨੇੜੇ ਹੈ ਜਿਨੇ ਸਰੀਰ ਨੂੰ ਹੱਥ ਨੇ ਇਹਨਾਂ ਤੋਂ ਵੀ ਨੇੜੇ ਪ੍ਰਭੂ ਵਸਦਾ ਹੋਇਆ ਉਹਨਾਂ ਨੂੰ ਦਿਸਦਾ ਹੈ ਜਿਵੇਂ ਦੁੱਧ ਦੇ ਅੰਦਰ ਮੱਖਣ ਹੈ ਕਿਉ ਹੈ ਜਿਵੇਂ ਲੱਕੜ ਦੇ ਅੰਦਰ ਅੱਗ ਹੈ ਪਰ ਉਹਨੂੰ ਪ੍ਰਗਟ ਕਰਨ ਦਾ ਇੱਕ ਤਰੀਕਾ ਹੈ ਹੁਣ ਜੇ ਕੋਈ ਸ਼ੰਕਾਵਾਨ ਕਹੇ ਕਿ ਮੈਨੂੰ ਦੁੱਧ ਤਰਲ ਰੂਪ ਵਿੱਚ ਹੈ ਇਹਦੇ ਚੋਂ ਕਿਤੇ ਮੱਖਣ ਕਿਤੇ ਕਿਉ ਦਿਸਦਾ ਨਹੀਂ ਤੇ ਉਹਨੂੰ ਸਮਝਾਉਣਾ ਪਏਗਾ ਭਲਿਆ ਇੱਕ ਵਿਧੀ ਹੈ ਦੁੱਧ ਨੂੰ ਜਾਗ ਲੱਗਦੀ ਹੈ ਰਿੜਕਣਾ ਪਾਇਆ ਜਾਂਦਾ ਹੈ ਰਿੜਕਣੇ ਤੋਂ ਬਾਅਦ ਫਿਰ ਮੱਖਣ ਨਿਕਲਦਾ ਹੈ ਲੱਸੀ ਇੱਕ ਪਾਸੇ ਉਸ ਮੱਖਣ ਨੂੰ ਗਰਮ ਕਰਾਂਗੇ ਕਿਉਂ ਬਣ ਜਾਂਦਾ ਇਹ ਤੇ ਮਿਹਨਤ ਦੀ ਖੇਡ ਹੈ ਨਾ ਇਹ ਤੇ ਮਿਹਨਤ ਦੇ ਵਿੱਚੋਂ ਪੈਦਾ ਹੋਵੇਗਾ ਮੁਸ਼ਕਲਤ ਵਿੱਚੋਂ ਪੈਦਾ ਹੋਵੇਗਾ ਇਸੇ ਤਰ੍ਹਾਂ ਕਰਤਾ ਪੁਰਖ ਵਾਹਿਗੁਰੂ ਉਹ ਜਦੋਂ ਨਾਮ ਦਾ ਰਿੜਕਣਾ ਇਸ ਹਿਰਦੇ ਅੰਦਰ ਪੈ ਜਾਵੇ ਸਤ ਮੁਤ ਪ੍ਰਭੂ ਹਿਰਦੇ ਚ ਵਸਦਾ ਹੋਇਆ ਪ੍ਰਤੀਤ ਹੁੰਦਾ ਹੈ ਤੇ ਸਭ ਨਾ ਘਟਾਂ ਦੇ ਅੰਦਰ ਵੀ ਜਿਹਨੂੰ ਆਪਣੇ ਹਿਰਦੇ ਚ ਉਹਨਾਂ ਦੇਖ ਸਕਿਆ ਉਹਨੂੰ ਬਾਹਰੋਂ ਕਿਤੇ ਹੋ ਵੀ ਲੱਭਿਆ ਲੱਭਣਾ ਨਹੀਂ ਵਦਨ ਕੀਤੇ ਕਹਿਣ ਲੱਗੇ ਉਹ ਤਾਂ ਸੰਪੂਰਨ ਰੂਪ ਹੋ ਕੇ ਆਪ ਹੀ ਸਾਰੀਆਂ ਜਗ੍ਹਾ ਦੇ ਅੰਦਰ ਰਮਿਆ ਹੋਇਆ ਹੈ ਮਾਟੀ ਇੱਕ ਅਨੇਕ